بسم اللہ الرحمن الرحیم، السلام علیکم دوستو، امید ہے سب دوست سب بھائی خیریت نال ہوو دے۔ دوستو میں عمران اسلم وڑائے، تسی دیکھ رہے ہو اپنا مویشی منڈی ٹی وی۔ دوستو سب تو پہلے اپنے چینل نو سبسکرائب کرو، لائک کرو تاکہ تواڈے تک مزید جانوراں دی اچھے اچھے دی ویڈیو آندی رہن انشاءاللہ۔ دوستو آج تاریخ ہے، دو دن ہے، جمعہ، اٹھواں مہینہ 2019۔ دوستو تو دسیا جی کچھ جانور آئے سن کہ کچھ جانور بندیاں نے پہلے ہی خرید لے نے، تے اللہ پاک انہاں نصیب کرے وچوں ہے دو گاواں احمد فرام لاہور تے شیخو پورا فیصل آباد روڈ تے انہاں دا فارم ہے احمد صاحب دا۔ اللہ پاک انہاں نوں اے جانور نصیب کرے، چونے پینے چگنے دے جی۔ ਅਤੇ ਇਹ ਗਾਵਾਂ ਸਾਡੇ ਕੋਲ ਸੂ ਪਈਆਂ ਨੇ ਦੋਵੇਂ, ਅੱਗੇ ਵੀ ਇੱਕ ਗਾਂ ਲਈ ਨੇ ਉਹ ਵੀ ਸਾਡੇ ਕੋਲ ਹੀ ਹੈ ਕਿ ਚਲੋ ਇਕੱਠੀਆਂ ਚੱਲੀਆਂ ਜਾਣ ਜੀ। ਉਹਨਾਂ ਜਾਨਵਰ ਹੋਰ ਲੈਣੇ ਸਨ ਅਤੇ ਅਲੀ ਹੋਰ ਵੀ ਉਹਨਾਂ ਜਾਨਵਰ ਲੈਣੇ ਨੇ, ਅੱਗੇ ਵੀ ਇੱਕ ਗਾਂ ਲੈ ਕੇ ਗਏ ਨੇ ਸਾਡੇ ਕੋਲੋਂ ਅਤੇ ਅਸੀਂ ਖੁਦ ਹੀ ਭੇਜੀ ਹੈ। ਉਹ ਵੀ ਗਾਂ ਚੰਗੀ ਸੀ, ਬੜੀ ਜਾਇਜ਼ ਕੀਮਤ ਹੈ। ਅਤੇ ਇਹ ਗਾਵਾਂ ਤਾਂ ਮਾਸ਼ਾਅੱਲਾ ਹੈ ਹੀ ਉਤਲੇ ਲੈਵਲ ਦੀਆਂ ਗਾਵਾਂ ਨੇ, ਅੱਛੇ ਜਾਨਵਰ ਨੇ, ਬਹੁਤ ਅੱਛੇ ਜਾਨਵਰ ਨੇ, ਵੱਡੀਆਂ ਗਾਵਾਂ ਨੇ, ਅਗਾਂਹ ਨਸੀਬ ਹੁੰਦੇ ਨੇ। ਅੱਜ ਹੀ ਉਹਨਾਂ ਨੂੰ ਕਹਿੰਦਾ ਚਲੋ ਵੀਡੀਓ ਸ਼ੀਡੀਓ ਅਤੇ ਚਲੋ ਥਾਣ ਸ਼ਾਣ ਕਲੀਅਰ ਹੋ ਜਾਣ। ਅਤੇ ਗਾਂ ਇਸ ਗਾਂ ਨੇ ਬੜੀ ਯਾਨੀ ਕਿ ਲੇਟ ਜੇਰ ਸੱਟੀ ਸੀ, ਸ਼ਾਮੀ ਕਿਤੇ ਸੱਟੀ ਸਾ ਦੂਨੀ, ਅਤੇ ਸ਼ਾਮੀ ਵੀ ਚਵਾਈ ਦੀ ਜਿਹੜੀ ਵੀਡੀਓ ਬਣਾਉਣੀ ਸੀ। ਚਲੋ ਤੁਹਾਨੂੰ ਪਤਾ ਇੱਕ ਬੰਦਾ ਤਾਂ ਜਾਗਦਾ ਹੁੰਦਾ ਅਤੇ ਲੇਕਿਨ ਅੱਜ ਵੀ ਨਾਲ ਦੂਜਾ ਬੰਦਾ ਕੈਮਰੇ ਵਾਲਾ ਹੋਵੇ ਤਾਂ ਹੀ ਕੋਈ ਖੜੇ ਮੋਬਾਈਲ ਫੜ ਰੱਖੇ ਤਾਂ ਵੀਡੀਓ ਬਣਦੀ। ਫਿਰ ਵੀ ਮੈਂ ਸੁਭਾਅ ਜੀ ਉਹਨਾਂ ਕਿਹਾ ਸੀ, ਮੈਂ ਕਿਹਾ ਆਈ ਸਾਹਿਬ ਨਾ ਕਿ ਥਣਾ ਛਣਾ ਦੀ ਥੋੜ੍ਹੀ ਜਿਹੀ ਨਾ ਮਾੜੀ ਜਿਹੀ ਵੀਡੀਓ ਬਣਾਇਓ ਜ਼ਰੂਰ ਕਿ ਚਲੋ ਕਲੀਅਰ ਹੋ ਜਾਂਦਾ। ਅੱਗੇ ਅਹਿਮਦ ਸਾਹਿਬ ਨੂੰ ਦਿਖਾ ਦਿਆਂ ਅਤੇ ਮੈਂ ਉਹਨਾਂ ਨੂੰ ਭੇਜ ਦਿਆ ਤਾਂ ਵੀਡੀਓ, ਨਾਲੇ ਚਲੋ ਚੈਨਲ 'ਤੇ ਲਾ ਦਿਆਂ ਕਿ ਗਾਵਾਂ ਥਣ ਛਣ ਠੀਕ ਕਲੀਅਰ ਨਹੀਂ ਸੂਝ ਪਈਆਂ ਨੇ ਖੈਰ ਨਾਲ। ਅਤੇ ਅਗਾਂਹ ਹੁੰਦੇ ਨੇ ਦੋਸਤੋ ਨਸੀਬ, ਅੱਲਾ ਪਾਕ ਅਹਿਮਦ ਸਾਹਿਬ ਨੂੰ ਨਸੀਬ ਕਰੇ ਚੋਣੀਆਂ ਪੀਣੀਆਂ ਚੁਗਣੀਆਂ ਦੇ ਖੈਰ ਨਾਲ ਜਾਣ ਜੀ, ਅੱਲਾ ਪਾਕ ਖੈਰ ਕਰੇ। ਅਤੇ ਅੱਜ ਇਨਸ਼ਾਅੱਲਾ ਜੇ ਅੱਲਾ ਪਾਕ ਦਾ ਹੁਕਮ ਹੈ ਅਤੇ ਸਭ ਤੋਂ ਪਹਿਲੇ ਇਹ ਹੀ ਇਹਨਾਂ ਦਾ ਮਾਲ ਹੀ ਲੋਡ ਕਰਾਉਣਾ। ਦੋਸਤੋ ਫਿਰ ਮੈਂ ਰਿਕੁਐਸਟ ਕਰਨ ਦਾ, ਯਕੀਨ ਮੰਨੋ ਕਿ ਬਹੁਤ ਘੱਟ ਲਾਈਕ ਕਰਦੇ ਹੋ ਵੀਡੀਓ, ਵਿਊਵਰਸ ਬਹੁਤ ਹੁੰਦੇ ਨੇ ਅਤੇ ਵੀਡੀਓ ਲਾਈਕ ਕਰਨ ਵਾਲੇ ਬਹੁਤ ਘੱਟ ਹੁੰਦੇ ਹੋ, ਭੁੱਲ ਜਾਂਦੇ ਹੋ, ਲਾਈਕ ਕਰ ਦਿਆ ਕਰੋ। ਅਤੇ ਇਹ ਤੁਹਾਡੀ ਮੁਹੱਬਤ ਹੈ, ਬਹੁਤ ਸ਼ੁਕਰੀਆ ਜੀ। ਦੋਸਤੋ ਸਾਡੀ ਲੋਕੇਸ਼ਨ ਹੈ ਜ਼ਿਲ੍ਹਾ ਸਰਗੋਧਾ, ਥਾਣਾ ਜਾਵਰੀਆਂ, ਚੱਕ ਹਯਾਤਪੁਰ, ਪੰਜਾਬ, ਪਾਕਿਸਤਾਨ, ਬੇਰਾ ਇੰਟਰਚੇਂਜ, ਸਾਲਮ ਇੰਟਰਚੇਂਜ ਤੋਂ ਵੀ ਨਜ਼ਦੀਕ ਹੈ, ਤਕਰੀਬਨ ਅੱਧਾ ਅੱਧਾ ਘੰਟਾ ਲੱਗਦਾ ਹੈ ਸਾਡੇ ਫਾਰਮ 'ਤੇ, ਸਾਡੇ ਡੇਰੇ 'ਤੇ। ਦੇਸੀ ਜਿਹਾ ਮਾਹੌਲ ਹੈ ਦੋਸਤੋ, ਅਲਹਮਦੁਲਿਲਾ, ਅੱਲਾ ਪਾਕ ਦਾ ਸ਼ੁਕਰ ਹੈ, ਅਲਹਮਦੁਲਿਲਾ ਜੀ। ਅੱਲਾ ਪਾਕ ਨੇ ਰੌਣਕ ਲਾਈ ਹੈ, ਨਿਜ਼ਾਮ ਚੱਲੇ, ਅੱਲਾ ਪਾਕ ਨੇ ਚਲਾਏ, ਅੱਲਾ ਪਾਕ ਸਭ ਦਾ ਚਲਾਏ ਅਤੇ ਅੱਲਾ ਪਾਕ ਸਭ ਦਾ ਅੱਛਾ ਚਲਾਏ ਜੀ। ਦੋਸਤੋ ਆਈ ਸਾਹਿਬ ਜਿਤਨਾ ਕੁ ਕਰ ਸਕਦੇ ਨੇ ਉਤਨਾ ਕੁ ਕਰਦੇ ਪਏ ਨੇ, ਅਤੇ ਇਹ ਵੀ ਉਹਨਾਂ ਦੀ ਇੰਨੀ ਜਾਨ ਨਹੀਂ, ਇਤਨੀ ਸਿਹਤ ਨਹੀਂ ਨੇ, ਰਲ ਕੇ ਨੇ ਅੱਲਾ ਪਾਕ ਉਹਨਾਂ ਸਿਹਤ ਦੇ, ਉਹਨਾਂ ਜ਼ਿੰਦਗੀ ਦੇ, ਅੱਲਾ ਪਾਕ ਇੱਜ਼ਤ ਦੇ ਨੇ ਜੀ, ਅੱਲਾ ਪਾਕ ਖੁਸ਼ੀਆਂ ਦੇ ਨੇ ਜੀ, ਬਾਕੀ ਖੈਰ ਹੋਣੀ ਚਾਹੀਦੀ। ਦੋਸਤੋ ਇੱਕ ਇਹ ਗਾਂ ਹੈ, ਇਹ ਵੀ ਗਾਂ ਸਾਡੇ ਕੋਲ ਹੀ ਸੂਈ ਹੈ, ਇਹ ਵੀ ਗਾਂ ਲਈ ਹੈ ਅਹਿਮਦ ਸਾਹਿਬ ਨੇ। ਇੱਕ ਹੋਰ ਗਾਂ ਉਹ ਵੀ ਤੁਸੀਂ ਦੇਖੀ ਹੋ ਜੀ ਚੈਨਲ ਸਾਡੇ 'ਤੇ ਗਾਂ, ਉਹ ਵੀ ਗਾਂ ਅਹਿਮਦ ਸਾਹਿਬ ਨੇ ਲਈ ਹੈ। ਅੱਲਾ ਪਾਕ ਇਹਨਾਂ ਨੂੰ ਇਹ ਤਿੰਨੋਂ ਗਾਵਾਂ ਨਸੀਬ ਕਰੇ ਜੀ, ਚੋਣੀਆਂ ਪੀਣੀਆਂ ਚੁਗਣੀਆਂ ਦੇ ਜੀ। ਦੋਸਤੋ ਸਾਡੇ ਨੰਬਰ ਨੇ ਹਾਜੀ ਸਾਹਿਬ ਦੇ 0341-692-3205। ਇੱਕ ਜੈਜ਼ ਦਾ ਨੰਬਰ ਹੈ ਹਾਜੀ ਸਾਹਿਬ ਦਾ 0-300-896-3690। ਦੋਸਤੋ ਇੱਕ ਮੇਰਾ ਨੰਬਰ ਹੈ ਸਾਊਦੀ ਅਰੇਬੀਆ ਦਾ 0-58-050-53-83। ਦੋਸਤੋ ਡਿਸਕ੍ਰਿਪਸ਼ਨ ਦੀ ਹਰ ਵੀਡੀਓ ਸਾਡੀ
ਜਿਹੜੀ ਸਾਡੇ ਚੈਨਲ ਦੀ ਵੀਡੀਓ ਹੈ। ਹਰ ਵੀਡੀਓ 'ਚ ਨੰਬਰ 3 ਮੌਜੂਦ ਹੁੰਦੇ ਨੇ। ਜਿਹੜਾ ਦੋਸਤ ਭਾਈ ਰਾਬਤਾ ਕਰਨਾ ਚਾਹੇ ਉਹ ਵਟਸਐਪ ਈਮੋ 'ਤੇ ਰਾਬਤਾ ਕਰ ਸਕਦਾ ਹੈ ਦੋਸਤੋ। ਇਨਸ਼ਾਅੱਲਾ ਇਨਸ਼ਾਅੱਲਾ ਦੋਸਤੋ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਵਾਬ ਦਈਏ, ਰੀਪਲੇ ਕਰੀਏ, ਅਤੇ ਬਾਕੀ ਇਨਸ਼ਾਅੱਲਾ ਅੱਲਾ ਪਾ ਖੈਰ ਕਰੇਗਾ ਦੋਸਤੋ। ਆਪਣੀ ਪੂਰੀ ਕੋਸ਼ਿਸ਼ ਹੈ ਦੋਸਤੋ ਅੱਛੇ ਤੋਂ ਅੱਛੇ ਜਾਨਵਰ ਲੈ ਕੇ ਆਈਏ ਤੁਹਾਡੇ ਵਾਸਤੇ, ਤੁਹਾਨੂੰ ਅੱਛੇ ਤੋਂ ਅੱਛੇ ਜਾਨਵਰ ਦਿਖਾਈਏ। ਇਨਸਾਨ ਕੋਸ਼ਿਸ਼ ਕਰ ਸਕਦਾ, ਬਾਕੀ ਅੱਲਾ ਪਾਕ ਤਾਂ ਛੱਡ ਦੇਣੀ ਚਾਹੀਦੀ ਨੇ। ਅੱਲਾ ਪਾਕ ਇਨਸ਼ਾਅੱਲਾ ਬਿਹਤਰ ਕਰਦਾ। ਦੋਸਤੋ ਇਹਦੀ ਵੀ ਇਨਸ਼ਾਅੱਲਾ ਇਨਸ਼ਾਅੱਲਾ ਚੁਆਈ ਦੀ ਵੀਡੀਓ ਅੱਜ ਉਹਨਾਂ ਨੂੰ ਮੈਂ ਕਿਹਾ ਸੀ ਬਣਾਈ ਨੇ, ਉਹ ਵੀ ਇਨਸ਼ਾਅੱਲਾ ਨਾਲ ਲਾ ਦਿਆਂਗੇ ਇਸ ਵੀਡੀਓ ਦੇ। ਫਿਰ ਗਾਵਾਂ ਜਿਸ ਟਾਈਮ ਜਾਣ ਦੀਆਂ ਇਨਸ਼ਾਅੱਲਾ ਉਹ ਵੀ ਵੀਡੀਓ ਬਣਾਉਂਦੇ, ਉਹ ਵੀ ਅਪਲੋਡ ਕਰਾਂਗੇ। ਅਤੇ ਦੋਸਤੋ ਜਿੰਨੀ ਕੁ ਅਸੀਂ ਕਰ ਸਕਦੇ ਪਏ ਹਾਂ ਇਨਸ਼ਾਅੱਲਾ ਵੀਡੀਓਜ਼ ਅਪਲੋਡ ਕਰਾਂਗੇ, ਜ਼ਰੂਰ ਕਰਾਂਗੇ। ਅਤੇ ਬਾਕੀ ਅੱਲਾ ਪਾ ਖੈਰ ਕਰੇ, ਦੁਆ ਗੋਵਾਂ। ਤੁਹਾਨੂੰ ਵੀ ਰਿਕੁਐਸਟ ਹੈ, ਤੁਹਾਡੇ ਅੱਗੇ ਵੀ ਦੁਆ ਜ਼ਰੂਰ ਕਰਿਆ ਕਰੋ ਕਿ ਅੱਲਾ ਪਾਕ ਸਭ ਦੇ ਆ ਕੇ ਬਿਹਤਰ ਕਰੇ। ਦੋਸਤੋ ਕੁਛ ਦੋਸਤ ਸਾਡੇ ਜਿਹੜੇ ਨਵੇਂ ਨੇ, ਕੁਰਬਾਨੀ ਅੱਗੋਂ ਆ ਰਹੀ ਹੈ, ਇੱਕ ਗੱਲ ਕਰਨਾ ਚਾਹਾਂਗਾ ਕਿ ਕੁਛ ਇਹਤਿਆਤ ਕਰੋ ਜਾਨਵਰ ਖਰੀਦਦਿਆਂ। ਅਤੇ ਅਗਲੇ ਦਿਨ ਇੱਕ ਕਹਾਣੀ ਛੋਟੀ ਜੀ ਪੜ੍ਹੀ ਹੈ, ਹਾਸਾ ਵੀ ਆਇਆ ਮੈਨੂੰ। ਅਤੇ ਮੇਰੇ ਨਾਲ ਇੱਕ ਮੇਰੀ ਕੰਪਨੀ 'ਚ ਹਸਨ ਹਬਸ਼ੀ, ਠੀਕ ਹੈ, ਉਹ ਵੀ ਨਾਲ ਹੀ ਕੰਮ ਕਰਦਾ, ਉਹਨੂੰ ਮੈਂ ਸੁਣਾਈ ਹੈ, ਉਹ ਵੀ ਹੱਸ ਹੱਸ ਕੇ। ਅਤੇ ਹੈ ਤਾਂ ਇੱਕ ਸਬਕ ਹੀ ਹੈ, ਬਹੁਤ ਸਬਕ ਹੈ ਦੋਸਤੋ, ਕਿਉਂਕਿ ਕੁਰਬਾਨੀ ਦੋਸਤੋ ਪਹਿਲੀ ਗੱਲ ਕੋਸ਼ਿਸ਼ ਕਰੋ, ਇਹਤਿਆਤ ਕਰੋ ਕਿ ਤੁਹਾਡੇ ਤੁਸੀਂ ਕੁਰਬਾਨੀ ਕਰ ਰਹੇ ਹੋ ਜਾਂ ਜਾਨਵਰ ਲਿਆ ਰਹੇ ਹੋ ਜਾਂ ਬੰਨ ਰਹੇ ਹੋ ਜਾਂ ਆਪਣੇ ਮੁਹੱਲੇ 'ਚ ਜਾਂ ਜਗ੍ਹਾ 'ਚ ਕਿਸੇ ਨੂੰ ਤਕਲੀਫ ਨਾ ਦਿਓ ਦੋਸਤੋ, ਕਿ ਐਸੀ ਨੇਕੀ ਦਾ ਕੋਈ ਫਾਇਦਾ ਨਹੀਂ ਜਿਹੜੀ ਤੁਸੀਂ ਕਿਸੇ ਨੂੰ ਤਕਲੀਫ ਦੇਣੀ, ਪਹਿਲੇ ਤਾਂ ਇਹ ਕੋਸ਼ਿਸ਼ ਕਰੋ। ਕਿ ਦੂਸਰੀ ਗੱਲ ਦੋਸਤੋ ਕਿ ਕੁਛ ਦੋਸਤ ਬਿਲਕੁਲ ਨਵੇਂ ਯਾਨੀ ਕਿ ਹੁੰਦੇ ਨੇ, ਕੁਰਬਾਨੀ ਤਾਂ ਅੱਲਾ ਪਾਕ ਸਭ ਨੂੰ ਤੋਫੀਕ ਦੇ ਕਰਨ ਦੀ ਜੀ, ਦੇਣ ਦੀ ਜੀ। ਅਤੇ ਦੋਸਤੋ ਇੱਕ ਦੋ ਦੋਸਤ ਹੁੰਦੇ ਨੇ, ਕਿਸੇ ਕੰਪਨੀ 'ਚ ਜੋਬ ਕਰਦੇ ਨੇ, ਅਤੇ ਉਹ ਛੁੱਟੀ ਲੈਂਦੇ ਨੇ ਕਿ ਅਸੀਂ ਕੁਰਬਾਨੀ ਦਾ ਬੱਕਰਾ ਖਰੀਦਣਾ, ਉਹ ਚਲੇ ਜਾਂਦੇ ਨੇ ਮੰਡੀ। ਦੋਸਤੋ ਮੰਡੀ ਜਾਂਦੇ ਨੇ, ਉਹਨਾਂ ਇੱਕ ਰੇਂਜ ਰੱਖੀ ਹੁੰਦੀ ਹੈ ਕਿ ਅਸੀਂ 30,000 ਦਾ ਜਾਨਵਰ ਖਰੀਦਣਾ, ਉਹ ਇੱਕ ਇਤਨੇ ਜਿਸਾਂ ਇੱਕ ਜਾਂ ਦੋ ਜਾਨਵਰ ਲੈਣੇ। ਦੋਸਤੋ ਮੰਡੀ ਫਿਰਦੇ ਰਹਿੰਦੇ ਨੇ, ਹਰ ਬੱਕਰਾ ਜਾਂ ਹਰ ਦੁੱਬਾ ਪੁੱਛਦੇ, ਉਹ ਜਿਹੜਾ ਉਹਨਾਂ ਦੀ ਰੇਂਜ ਹੁੰਦੀ ਉਸ ਤੋਂ ਸਾਰੇ ਬਾਹਰ, ਕਿਉਂਕਿ ਜਾਨਵਰ ਜਿਹੜਾ ਵੀ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਅੱਛਾ ਖੂਬਸੂਰਤ ਮੋਟਾ ਤਾਜ਼ਾ ਜਾਨਵਰ ਦੇਖੀਏ, ਭਾਵੇਂ ਕੁਰਬਾਨੀ ਵਾਸਤੇ ਹੋਵੇ ਭਾਵੇਂ ਘਰ ਲੈ ਕੇ ਕੁਰਬਾਨੀ ਵਾਸਤੇ। ਲੇਕਿਨ ਜਿਸ ਟਾਈਮ ਬੰਦਾ ਜਿਹਾ ਨਵਾਂ ਹੁੰਦਾ ਪਹਿਲੀ ਵਾਰੀ, ਉਹ ਮਾੜਾ ਜਾਨਵਰ ਪਤਲਾ ਲਿੱਸੇ ਜਾਨਵਰ 'ਤੇ ਹੱਥ ਨਹੀਂ ਰੱਖਦਾ, ਉਹ ਕਹਿੰਦਾ ਕਿ ਮੋਟਾ ਤਾਜ਼ਾ ਸੁਥਰਾ ਜਾਨਵਰ ਹੋਵੇ, ਅਤੇ ਦੇਣਾ ਵੀ ਚਾਹੀਦਾ। ਅੱਲਾ ਪਾਕ ਸਭ ਨੂੰ ਤੋਫੀਕ ਦੇ ਜੀ। ਦੋਸਤੋ ਇੰਜੇ ਕਰਦੇ ਉਹਨਾਂ ਸਮਝ ਲੱਗ ਗਈ ਕਿ ਇਸ ਤਰ੍ਹਾਂ ਨਹੀਂ ਤਰ੍ਹਾਂ ਥੱਲੇ ਆ ਵੀ ਕੋਈ ਮਾੜੇ 'ਚ ਢੂੰਡੀਏ ਨਹੀਂ ਲੱਭਣੇ ਇਸ ਰੇਂਜ 'ਚ। ਫਿਰ ਇੰਜੇ ਪੁੱਛਦੇ ਜੀ ਇੱਕ ਭਾਈਏ ਕੋਲ ਕੱਪੜੇ ਜੀ, ਉਸ ਆਖਿਆ ਜੀ ਕਿ ਮੈਂ 18,000 ਲੈਣਾ ਜਾਂ ਜਿਤਨਾ ਉਹਨਾਂ ਦਾ ਤੈਅ ਹੋਇਆ, ਉਸ ਆਖਿਆ ਠੀਕ ਹੈ। ਫਿਰ ਉਹ ਆਖਿਆ ਕਿ ਮੈਂ ਨਹੀਂ ਦੇਣਾ, ਬੱਕਰਾ ਸੀ ਜਾਂ ਦੁੰਬਾ ਸੀ ਦੋਸਤੋ ਜਿਹੜੀ ਸ਼ਾਇਦ ਸੀ, ਉਸ ਆਖਿਆ ਮੈਂ ਨਹੀਂ ਦੇਣਾ। ਉਹਨਾਂ ਆਖਿਆ ਉਹ ਕਿਉਂ, ਉਸ ਆਖਿਆ ਮੈਂ ਲੈਣ ਆਏ ਹਾਂ ਗਧਾ ਖੋਤਾ, ਕਿ ਮੈਂ ਤਾਂ ਪਿਆ ਵੇਚਣਾ ਕਿ ਮੈਨੂੰ ਖੋਤੇ ਦੀ ਜ਼ਰੂਰਤ ਹੈ ਅਤੇ ਮੈਂ ਖੋਤਾ ਲੈ ਕੇ ਜਾਣਾ। ਉਹਨਾਂ ਆਖਿਆ ਉਹਨੇ ਉਹ ਕਿਉਂ, ਉਹਨੇ ਆਖਿਆ ਮੈਂ ਜ਼ਮੀਨਦਾਰ ਹਾਂ ਅਤੇ ਮੈਂ ਮਜਬੂਰੀ ਤੋਰ ਆਏ। ਉਹਨਾਂ ਆਖਿਆ ਉਹ ਫਲਾਣਾ ਬੰਦਾ ਉਹਦੇ ਕੋਲ ਖੋਤਾ, ਮੈਨੂੰ ਲੈ ਦਿਓ ਅਤੇ ਮੈਂ ਤੁਹਾਨੂੰ ਇਹ ਨਾ ਬੱਕਰਾ ਜਾਂ ਜਿਹੜਾ ਜਾਨਵਰ ਹੈ ਤੁਹਾਨੂੰ ਮੈਂ ਦੇ ਦਿਆਂ। ਉਹਨਾਂ ਆਖਿਆ ਠੀਕ ਹੈ, ਦੇ ਦੇਣਾ ਨਾ ਤੂੰ ਸਾਨੂੰ। ਉਹਨਾਂ ਆਖਿਆ ਹਾਂ ਮੈਂ ਤੁਹਾਨੂੰ ਦੇ ਦਿਆਂਗਾ।
ਉਹਨਾਂ ਕਿਹਾ ਯਾਰ ਇਹ ਸਸਤਾ ਪਿਆ ਲੱਭਦਾ। ਉਹ ਬਾਰ ਬਾਰ ਉਹਦੇ ਕੋਲ ਪੁੱਛਣ ਕਿ ਵਾਕਈ ਤੂੰ ਸਾਨੂੰ ਦੇ ਦਿੰਦੇ ਨਾ ਇੰਨੇ ਦਾ ਜਾਨਵਰ। ਉਹਨਾਂ ਕਿਹਾ ਹਾਂ ਮੈਂ ਤੁਹਾਨੂੰ ਦੇ ਦਿਆਂ। ਦੋਸਤੋ ਉਹ ਉਸ ਖੋਤੇ ਵਾਲੇ ਕੋਲ ਗਏ, ਉਹਨਾਂ ਕਿਹਾ ਉਹ ਭਾਈਆ ਕਹਿੰਦਾ ਖੋਤਾ ਸਾਨੂੰ ਲੈ ਜਾਓ ਅਸੀਂ ਬੱਕਰਾ ਦੇ ਦਿਓ। ਉਸ ਆਖਿਆ ਕਿੰਨੇ ਦਾ? ਉਸ ਆਖਿਆ ਇੰਨੇ ਦਾ। ਕਹਿੰਦਾ ਕਿ ਉਹ ਖੋਤਾ ਇੰਨੇ ਦਾ ਮੈਨੂੰ ਦਿੰਦਾ 1800-1800 ਦਾ ਜਾਂ ਜਿੰਨੇ ਦਾ ਗੱਦਾ ਬੱਚਾ ਹੋਵੇ ਜਾਂ ਜਿਹੜਾ ਵੀ ਚੀਜ਼ ਸੀ ਗੱਦੇ ਦੀ। ਉਹ ਖੋਤਾ ਦੋਸਤੋ ਉਹ ਖੋਤਾ ਖਰੀਦ ਲੈਂਦੇ, ਉਹਨੂੰ ਪੈਸੇ ਦਿੰਦੇ ਨੇ। ਉਹ ਕਹਿੰਦੇ ਨੇ ਚਲੋ ਹੁਣ ਦਿੰਦੇ ਹਾਂ ਜਾ ਕੇ ਅਤੇ ਬੱਕਰਾ ਜਾਂ ਲੇਲਾ ਜਿਹੜੀ ਸ਼ਾਇਦ ਲੈ ਲਾਂਗੇ। ਉਹ ਦੋਸਤੋ ਉਹਦੇ ਕੋਲ ਗੱਦਾ ਪੈਸੇ ਦਿੰਦੇ ਨੇ, ਉਹ ਗੱਦਾ ਜਿਹੜਾ ਹੁੰਦਾ ਖੋਤਾ ਉਹ ਲੈ ਆਉਂਦੇ ਨੇ। ਉਹ ਲੱਭਦੇ ਨੇ ਉਸ ਬੰਦੇ ਨੂੰ, ਉਹ ਬੱਕਰੇ ਵਾਲੇ ਨੂੰ, ਦੁੱਬੇ ਵਾਲੇ ਨੂੰ। ਬੰਦਾ ਕਿੱਧਰ ਗਿਆ? ਬੰਦਾ ਨਹੀਂ ਲੱਭਦਾ। ਦੋਸਤੋ ਮਿਲੇ ਹੁੰਦੇ ਨੇ ਦੋਵੇਂ ਆਪਸ, ਉਹ ਢੂੰਡਦੇ ਰਹਿੰਦੇ ਸਾਰੀ ਮੰਡੀ ਖੋਤਾ ਫੜ ਕੇ। ਉਹ ਬੰਦਾ ਗਾਇਬ, ਉਹ ਫਿਰ ਕਹਿੰਦੇ ਨੇ ਖੋਤਾ ਵਾਪਸ ਕਰੀਏ। ਉਹ ਬੰਦਾ ਤਾਂ ਕਿਤੇ ਭਾਵੇਂ ਬੱਕਰਾ ਵੇਚ ਗਿਆ, ਇਹ ਨਹੀਂ ਪਤਾ ਉਹ ਸਾਡੇ ਨਾਲ ਕਰ ਗਿਆ ਜਿਹੜਾ ਉਹਨੇ ਕਰਨਾ। ਉਹ ਵਾਪਸ ਜਾਂਦੇ ਨੇ ਦੋਸਤੋ, ਖੋਤੇ ਵਾਲਾ ਵੀ ਗਾਇਬ, ਉਹ ਠੱਗ ਨੇ। ਖੋਤਾ ਉਹਨਾਂ ਦਿੱਤਾ, ਖੋਤਾ ਉਹਨਾਂ ਵੇਚ ਲਿਆ, ਬੱਕਰਾ ਹੋਰ ਕਿਸੇ ਦੇ ਲੈਣੇ ਨਹੀਂ, ਘਰ ਲੈ ਜਾਣ। ਦੋਸਤੋ ਦੋਵੇਂ ਦੋਸਤ ਬੜੇ ਪਰੇਸ਼ਾਨ। ਉਹਨਾਂ ਕਿਹਾ ਆਏ ਸਾਂ ਛੁੱਟੀ ਲੈ ਕੇ ਕੰਪਨੀ। ਦੋਸਤੋ ਮੁਲਾਜ਼ਮ ਦੋਸਤੋ ਜਿਹੜੇ ਬੰਦੇ ਹੁੰਦੇ ਨੇ ਥੋੜ੍ਹਾ ਹੀ ਵਕਤ ਹੁੰਦਾ ਵਾਪਸ ਜਾਣ ਦੇ। ਹੁਣ ਖੋਤਾ ਫੜ ਕੇ ਜਾਣ ਦੇ ਘਰ, ਬੰਦਿਆਂ ਉਹ ਲਿੱਤਰ ਮਾਰ ਮਾਰ ਕੇ ਮਾਰ ਛੱਡਣ। ਦੋਸਤੋ ਆਖੀਰ ਹੀ ਉਹਨਾਂ ਫੈਸਲਾ ਕੀਤਾ ਖੋਤਾ ਇੱਥੇ ਛੱਡੀਏ ਅਤੇ ਘਰ ਚਲੇ ਜਾਈਏ, ਇਹ ਹੀ ਸਾਡੇ ਆ ਕੇ ਬਿਹਤਰ ਹੈ। ਦੋਸਤੋ ਦੋਵੇਂ ਦੋਸਤ ਖੋਤਾ ਉੱਥੇ ਮੰਡੀ ਛੱਡ ਦਿੰਦੇ ਨੇ। ਕਾਫੀ ਸੋਚ ਵਿਚਾਰ ਦੇ ਬਾਵਜੂਦ ਕਿ ਫਾਇਦਾ ਐਸੇ ਜੀ ਘਰ ਜਾਣ ਦੇ, ਮੁਹੱਲੇ 'ਚ ਲੰਘਣ ਦੇ। ਉਹਨਾਂ ਕਹਿਣਾ ਬੱਕਰਾ ਈਦ ਹੈ ਅਤੇ ਇਹ ਖੋਤਾ ਵੀ ਲਈ ਫਿਰਦੇ ਨੇ, ਖੋਤਾ ਦੇਣਾ ਅੱਲਾ ਮਾਫ਼ ਕਰੇ ਜੀ। ਅਤੇ ਦੋਸਤੋ ਛੱਡ ਕੇ ਘਰ ਚਲੇ ਜਾਂਦੇ, ਉਹ ਘਰ ਚਲੇ ਜਾਂਦੇ ਨੇ। ਪਿੱਛੋਂ ਉਹ ਜਿਹੜੇ ਠੱਗ ਤੋਂ ਹੁੰਦੇ ਨੇ ਖੋਤਾ ਵੀ ਆਪਣਾ ਵਾਪਸ ਲੈ ਜਾਂਦੇ। ਅਤੇ ਅੱਲਾ ਮਾਫ਼ ਕਰੇ ਦੋਸਤੋ, ਇਹਤਿਆਤ ਕਰੋ, ਕਾਫ਼ੀ ਇਹਤਿਆਤ ਕਰੋ। ਕੁਰਬਾਨੀ ਵੀ ਲੈਣੇ ਦੋਸਤੋ, ਜਿਸ ਬੰਦੇ ਵੀ ਲੈਣੀ ਹੈ ਸੋਚ ਸਮਝ ਕੇ, ਉਹ ਇਹ ਕੰਮ ਖੋਤੇ ਵਾਲਾ ਨਾ ਹੋਵੇ। ਬਾਕੀ ਅੱਲਾ ਪਾਕ ਇਨਸ਼ਾਅੱਲਾ ਬਿਹਤਰ ਕਰੇ। ਤਾਂ ਲੋਕ ਕਾਫ਼ੀ ਸਿਆਣੇ ਨੇ, ਸਮਝਦਾਰ ਨੇ, ਹੁਣ ਮਚੋਰ ਨੇ। ਲੇਕਿਨ ਦੋਸਤੋ ਕਿ ਮੰਡੀਆਂ 'ਤੇ ਜਿਹੜਾ ਨਾ ਬਹੁਤ ਸੋਚ ਤੋਂ ਬਾਹਰ ਬੰਦੇ ਨੂੰ, ਬੰਦਾ ਲੈਣ ਕੋਈ ਸ਼ਾਇ ਗਏ ਹੁੰਦਾ ਅਤੇ ਉਹ ਫੜਾ ਖੋਤਾ ਛੱਡਦੇ ਨੇ। ਅੱਲਾ ਮਾਫ਼ ਕਰੇ ਦੋਸਤੋ ਕਿ ਤੁਹਾਡੀ ਸੋਚ ਤੋਂ ਵੀ ਬਾਹਰ ਹੈ ਕੰਮ, ਕਿ ਚੰਗੇ ਚੰਗੇ ਦੋਸਤੋ ਭੁੱਲ ਜਾਂਦੇ ਨੇ। ਬਹੁਤ ਲੋਕ ਕਹਿੰਦੇ ਨੇ ਸਿਆਣਾ ਸਿਆਣੇ ਮੇਰੇ ਰੱਬ ਦੀ ਦਾਤ ਹੈ, ਇਨਸਾਨ ਭੁੱਲ ਜਾਂਦਾ। ਦੋਸਤੋ ਮੰਡੀ 'ਚ 10-10, 12-12, 15-15 ਬੰਦੇ ਠੱਗ ਰੱਲੇ ਹੁੰਦੇ ਜੇ, ਅਤੇ ਉਹ ਬੰਦੇ ਨੂੰ ਘੇਰ ਲੈਂਦੇ ਨੇ। ਤੁਹਾਡੀ ਸਮਝ ਤੋਂ ਗੱਲ ਕਰੋ, ਦੋਸਤੋ ਵੀਡੀਓ ਅੱਛੀ ਲੱਗੇ ਲਾਈਕ ਜ਼ਰੂਰ ਕਰ ਦਿਆ ਕਰੋ। ਯਕੀਨ ਮੈਨੂੰ ਬਹੁਤ ਟਾਈਮ ਲੱਗਦਾ ਜੇ ਵੀਡੀਓ ਅਪਲੋਡ ਕਰਦੇ ਹਾਂ, ਅਤੇ ਤੁਹਾਨੂੰ ਪਤਾ ਹੈ ਜਿਹੜਾ ਜ਼ਮੀਨਦਾਰ ਬੰਦਾ ਵੇ, ਜੱਟ ਬੰਦੇ ਨੇ ਇਤਨਾ ਟਾਈਮ ਨਹੀਂ ਹੁੰਦਾ ਇਤਨੀਆਂ ਵੀਡੀਓ ਇਤਨੀਆਂ ਤਸਵੀਰਾਂ ਬਣਾਉਣੇ ਦਾ, ਲੇਕਿਨ ਫਿਰ ਵੀ ਬਣਾਉਂਦੇ ਹਾਂ ਦੋਸਤੋ। ਕਿਉਂ? ਉਹਦੇ 'ਚ ਕਾਫ਼ੀ ਚੀਜ਼ਾਂ ਹੁੰਦੀਆਂ ਨੇ, ਮੱਦੇਨਜ਼ਰ ਰੱਖਦੇ ਹਾਂ ਦੋਸਤੋ ਅਸੀਂ, ਕਿ ਆਪਣੀ ਕੋਸ਼ਿਸ਼ ਫਿਰ ਵੀ ਨਹੀਂ ਵੀ ਟਾਈਮ ਹੁੰਦਾ, ਭੁੱਲ ਵੀ ਜਾਂਦਾ ਬੰਦਾ, ਯਾਦ ਨਹੀਂ ਵੀ ਰਹਿੰਦਾ ਕਿ ਇਹ ਗਾਂ ਹੈ ਜਾਂ ਮੱਝ ਹੈ, ਸੱਜਰੀ ਸੂਈ ਹੈ ਸਾਡੇ ਕੋਲ ਸੂਈ ਹੈ, ਇਹ ਵੇ ਕੋਈ ਇਹਦੇ 'ਚ ਖਾਗੜੀ ਨਹੀਂ। ਅੱਲਾ ਮਾਫ਼ ਕਰੇ, ਅੱਲਾ ਮਾਫ਼ ਕਰੇ ਜੀ। ਅਤੇ ਅਸੀਂ ਲੈਂਦੇ ਹੀ ਵਕਦੀਆਂ ਗਾਵਾਂ ਦੋਸਤੋ, ਐਸੇ ਵਾਸਤੇ ਕਿ ਕੋਈ ਦਾ ਸਾਨੂੰ ਨਾ ਲੱਗੇ, ਪਿਛਲਿਆਂ ਨਾਲ ਲੱਗੇ, ਅਗਲਿਆਂ ਨਾਲ ਲੱਗੇ, ਸਾਡੇ ਕੋਲ ਗਾਵਾਂ ਸੂਣ ਜਾਂ ਗਾਂ ਜਾ ਕੇ ਮਾਲਕਾਂ ਕੋਲ ਗਾਵਾਂ ਸੂਣ। ਦੋਸਤੋ ਗਾਂ ਹੋਵੇ ਜਾਂ ਮੱਝ ਹੋਵੇ, ਆਪਣੀ ਕੋਸ਼ਿਸ਼ ਹੈ ਕਿ ਵਕਦੀਆਂ ਲਈਏ, ਕਿਸੇ ਨਾਲ ਠੱਗੀ ਨਾ ਹੋਵੇ, ਸਾਡੇ ਨਾਲ ਨਾ ਹੋਵੇ, ਅਗਾਂ ਵੀ ਨਾ ਹੋਵੇ। ਮਾਸ਼ਾਅੱਲਾ ਗਾਂ ਬਹੁਤ ਦੁੱਧ ਵਾਲੀ, ਬਹੁਤ ਦੁੱਧ ਵਾਲੀਆਂ ਤਿੰਨੋਂ ਗਾਵਾਂ ਜੀ। ਭਾਈ ਉਹਨਾਂ ਨੂੰ ਅੱਲਾ ਪਾਕ ਨਸੀਬ ਕਰੇ ਜੀ, ਚੋਣੀਆਂ ਪੀਣੀਆਂ ਚੁਗਣੀਆਂ ਦੇ ਨੇ ਜੀ, ਅਤੇ ਅੱਛੀਆਂ ਗਾਵਾਂ, ਅੱਛੇ ਜਾਨਵਰ। ਦੋਸਤੋ ਜਿਹੜੀਆਂ ਗਾਵਾਂ ਗੱਡੀਆਂ 'ਚ ਆਉਂਦੀਆਂ ਨੇ, ਸਾਡਾ ਮਾਲ ਗੱਡੀਆਂ ਹੀ ਜ਼ਿਆਦਾ ਆਉਂਦਾ, ਅਤੇ ਦੋਸਤੋ ਕਈ ਆ ਕੇ 2-4 ਦਿਹਾੜੇ ਕੱਟ ਜਾਂਦੀਆਂ ਨੇ, ਜਾਂ ਵੀ ਜਾ ਕੇ ਕੱਟ ਜਾਂਦੀਆਂ ਨੇ, ਕਈ ਦਿਹਾੜ ਦੇ ਅੱਧੀ ਸੂਹ ਪੈਂਦੀਆਂ ਨੇ। ਅਗਲੀ ਵੀਡੀਓ ਤੋਂ ਕੇ ਇਜਾਜ਼ਤ ਚਾਹਵਾਂਗਾ ਦੋਸਤੋ, ਅਤੇ ਦੁਆਵਾਂ ਯਾਦ ਰੱਖਿਓ, ਆਪਣਾ ਖਿਆਲ ਰੱਖਿਓ ਦੋਸਤੋ। ਅੱਲਾ ਹਾਫਿਜ਼।